ਪਿਆਰੀ ਹੋ ਜਾਂ ਵੰਗਾਂ ਉਹਨੂੰ ਪੈ ਆਈਆਂ, ਕੱਪੜੇ ਅੱਛੇ ਬਣਾ ਦਿੱਤੇ, ਕੁਦਰਤ ਖੁਦਾ ਦੀ ਨਾਲ ਦੁਨੀਆਂ ਸਫ਼ਰ ਕਰ ਗਈ ਜੀ ਜੀ, ਬੱਚੀਆਂ ਜਿਹੜੀਆਂ ਨੇ ਉਹਨਾਂ ਨੂੰ ਬੱਚੀਆਂ ਨੂੰ ਚੁੱਪ ਕਰਾਉਣ ਲੱਗੀ ਜੀ, ਬਾਪ ਕੋਲੋਂ ਕੀ ਮੰਗਾ ਲੈ ਹਾ ਯਾਰ ਹਵਾਲੇ ਰੱਬ ਦੇ ਮੇਲੇ ਚਾਰ ਦਿਨਾਂ ਉਸ ਦਿਨ ਈਦ ਮੁਬਾਰਕ ਸੀ। ਇਹ ਜਿਹੜਾ ਤੁਸੀਂ ਐਤਰੀ ਤੁਸਾਂ ਦੀ ਹੁਣ ਉਮਰ ਹੋ ਗਈ ਹੈ, ਲੇਕਿਨ ਤੁਸਾਂ ਨੇ ਅਜੇ ਸੰਘ ਬੜਾ ਪੱਕਿਆ ਹੋਇਆ ਹੈ। ਨਹੀਂ ਜੀ, ਅਤੇ ਉਸਦੀ ਜ਼ਾਤ ਦੀ ਮਿਹਰਬਾਨੀ ਹੈ, ਠੀਕ ਹੈ, ਨਹੀਂ ਮਿਹਨਤਾਂ ਵੀ ਹੋਣੀਆਂ ਨੇ, ਮਿਹਨਤ ਵੀ ਹੁੰਦੀ ਹੈ ਕਿ ਮੈਂ ਆਪਣੇ ਮੁਲਕ ਦਾ ਨਾਂ ਜਿਹੜੇ ਤੁਸਾਂ ਸਾਰੇ ਕਿ ਕੰਮ ਬਾਹਣਾ ਕਿਸ ਤਰ੍ਹਾਂ ਹੈ। ਹਾਂ ਜੀ, ਇਹ ਤਾਂ ਸਮਝਣਾ ਪੈਣਾ, ਤੁਸੀਂ ਪੜ੍ਹੇ ਲਿਖੇ ਹੋ, ਫਿਰ ਤੁਸੀਂ ਫਿਰ ਉਸ ਖੁਸ਼ ਹੋਇਆ ਥੋੜ੍ਹਾ ਬਜਾ, ਉਹਨੂੰ ਪਤਾ ਲੱਗਿਆ ਤੁਸੀਂ ਕੰਟੇ ਨਾ ਇਸ ਜਫਾ ਮਾਰ ਕੇ ਬੈਠੇ, ਜਿਹੜਾ ਅਸਾਂ ਖਾਸ ਕਰ ਨਸਰ ਲੱਗੇ ਹਾਂ ਇਸ ਕੀ ਕੋਈ ਹਾਜ਼ਰ ਸਹੀ ਬਜਾਏ। ਇਹ ਅੱਛਾ, ਤੁਸਾਂ ਦੀ ਉਂਗਲੀਆਂ ਜਿਹੜੀਆਂ ਮੈਂ ਤੱਕੀਆਂ, ਇਹ ਥੋੜੀਆਂ ਕਿਆ ਹੈ ਨਾ ਕਿ ਜ਼ਖਮੀ ਹੋਈਆਂ, ਕਿਆ ਹੋਈਆਂ ਉਂਗਲੀਆਂ ਤੁਸਾਂ ਦੀਆਂ? ਇਹ ਸਰ ਕਿ ਵਜਾ ਵਜਾ ਕੇ ਹੋਇਆ? ਨਹੀਂ ਨਹੀਂ, ਛੋਟੇ ਲੈ ਜੇ ਚੋਟ ਲੱਗ ਗਈ ਜੀ, ਕੱਟ ਹੀ ਗਿਆ, ਕੋ ਟੋਕਾ ਵਾਲਾ ਮਸ਼ੀਨ ਨਹੀਂ ਸਰ, ਅੱਲਾ ਨੇ ਬੰਦੇ ਉੱਥੇ ਕਿਧਰ ਉਂਗਲੀਆਂ ਦੇਣ ਆ ਰਹੇ ਛੋਟੇ ਲੈ ਉਹ ਛੋਟੇ, ਜਿਹੜਾ ਨਿੱਕੀ ਉਮਰ ਸੀ ਜੀ, ਵਾਲ ਫਿਰ ਖੈਰ ਹੈ ਕੋਈ, ਫਿਰ ਉਹ ਵੀ ਕੁਛ ਨਹੀਂ ਗਲਤੀ, ਮੈਂ ਕਿਹਾ ਇਸ ਉਮਰ ਚ ਬੰਦਾ ਐਵੇਂ ਲੋਕ ਬੜੇ ਗੁੱਸੇ ਵਾਲੇ ਆਉਣੇ ਹੈ, ਇਸ਼ਕ ਮੁਹੱਬਤ ਕੀ ਬਰਦਾਸ਼ਤ ਹੀ ਨਹੀਂ ਕਰੇ, ਕੁੱਟ ਚਾੜਨੇ ਬੜੀ ਹੈ, ਬੜਾ ਕੁੱਟਣੇ ਉਧਰ, ਲੇਕਿਨ ਇਸਦੇ ਬਾਵਜੂਦ ਇਸਦੀ ਜਿਹੜੀ ਆਵਾਜ਼ ਨਿਕਲਣੀ ਹੈ, ਜਿਹੜਾ ਫਨਕਾਰ ਹੋਣਾ, ਇਸ ਨਾਲ ਫਿਰ ਵੀ ਥੋੜਾ ਘੁੰਮ ਟੱਕਾ ਕੁਰਿਆ ਹੋ ਗਿਆ, ਕੋਈ ਇਸ ਤਰ੍ਹਾਂ ਕਿਸਮ ਨਾਲ ਤੁਸਾਂ ਨੂੰ ਕੋਈ ਮੈਚ ਅੱਜ ਬਾਏ ਕੁਰਿਆ? ਆਪਣਾ ਮੋਹਨ ਸਾਹਿਬ, ਇਹ ਜਿਹੜਾ ਤੁਸਾਂ ਮਾਸ਼ਾਅੱਲਾ ਤਾਲਾ ਜਿਹੜਾ ਤੁਸਾਂ ਇਹ ਕੰਮ ਸਿੱਖਿਆ, ਤੁਸਾਂ ਆਖਿਆ ਕਿ ਉੱਥੇ ਇੱਕ ਆਰਟ ਇਹ ਫਨ ਜਿਹੜਾ, ਮੈਂ ਇਹਦਾ ਚਾਹਾਂਗਾ ਚਾਹਾਂ ਜਿਹੜੇ ਕੈਮਰੇ ਵਾਲੇ ਨਾ ਸਾਨੂੰ ਦੱਸਣ, ਜਿਹੜਾ ਮਾਸ਼ਾਅੱਲਾ ਇਹ ਸਾਹਮਣੇ ਇੱਕ ਉਹ ਗੁਲਦਾਨ ਪਿਆ, ਇੱਕ ਗੁਲਦਾਨ ਤਾਂ ਕਿ ਇਹ ਜਿਹੜੀ ਬਾਰੀਕੀ, ਜਿਹੜੀ ਛੋਟਾ ਛੋਟਾ ਕੰਮ, ਜਿਹੜੀ ਸਿਮਿਟਰੀ ਜਿਸ ਕੀ ਅੰਗਰੇਜ਼ ਆਖਣੇ, ਉਹ ਇਤਨੀ ਖੂਬਸੂਰਤੀ ਨਾਲ ਤੁਸਾਂ ਬਣਾਇਆ ਕਿ ਕਿਧਰੇ ਵੀ ਇਹ ਚੋਲ ਨਜ਼ਰ ਨਹੀਂ ਆਈ, ਕਿ ਕਿਧਰੇ ਮੋਟਾ ਕੰਮ ਹੋ ਗਿਆ, ਕਿਧਰੇ ਛੋਟਾ ਹੋ ਗਿਆ, ਇਹ ਕਿਆ ਬ੍ਰਸ਼ ਹੋਣਾ ਜਾਂ ਕਿਆ ਚੀਜ਼ ਹੋਣੀ? ਨਹੀਂ, ਇਹ ਲੋਹੇ ਦੀ ਕਲਮ ਹੁੰਦੀ ਹੈ। ਅੱਛਾ ਜੀ, ਇਹ ਅਸੀਂ ਆਪੇ ਉੱਥੇ ਬਣਵਾਉਂਦੇ ਹਾਂ ਲੋਹਾਰ ਕੋਲੋਂ। ਠੀਕ ਹੈ, ਠੀਕ ਹੈ ਜੀ। ਨੇੜਨਾ ਤਾਂ ਨਹੀਂ ਆਪਣੇ ਇਸਕੀ? ਨੇੜਨਾ ਤਾਂ ਉਹ ਹੁੰਦਾ ਇਸ ਤਰ੍ਹਾਂ ਹੋਣਾ, ਨੇੜਨਾ ਵੀ ਨਾ, ਇਹ ਇਸ ਤਰ੍ਹਾਂ ਹੁੰਦਾ ਜਿਵੇਂ ਬਲੇਡ ਨਹੀਂ ਹੁੰਦਾ। ਠੀਕ ਹੈ, ਇਸ ਤਰ੍ਹਾਂ ਦੀ ਅਸੀਂ ਧਾਰ ਲਾਉਂਦੇ ਹਾਂ ਪੱਥਰ ਤੇ। ਅੱਛਾ, ਇਹਨੂੰ ਫਿਰ ਥੋੜੇ ਜਿਹਾ ਬਾਲ ਹੁੰਦਾ ਇੱਧਰ ਇੱਕ ਸਾਈਡ ਤੇ ਅਸੀਂ ਲਿਆਉਂਦੇ ਹਾਂ, ਜਿਹੜਾ ਬਾਲ ਲੋਹੇ ਦਾ ਹੁੰਦਾ ਉਹ ਇਹਨੂੰ ਸਕ੍ਰੈਚ ਕਰਦਾ। ਅੱਛਾ, ਜਿਵੇਂ ਵੇਖੋ ਨਾ ਇਹ ਪਿਆ ਤੁਹਾਡੇ ਕੋਲ ਇੱਕ ਕੈਂਡੀ ਜਾਰ ਹੈ, ਇਹਨੂੰ ਅਸੀਂ ਲਾਉਂਦੇ ਹਾਂ, ਮਤਲਬ ਕਿ ਪਹਿਲੇ ਅਸੀਂ ਲਾਇਆ ਇਹਨੂੰ ਬਲੂ ਕਲਰ ਲਾਇਆ। ਠੀਕ ਹੈ, ਤੇ ਬਾਅਦ ਵਿੱਚ ਅਸੀਂ ਲਾਇਆ ਵਾਈਟ ਕਲਰ। ਠੀਕ ਹੈ, ਜਦੋਂ ਅਸੀਂ ਇਹਨੂੰ ਸਕ੍ਰੈਚ ਕਰਾਂਗੇ ਨਾ ਬਲੂ ਨਿਕਲ ਆ, ਬਲੂ ਥੱਲਿਓਂ ਨਿਕਲ ਆ, ਤੇ ਇਹਦਾ ਮੈਂ ਤੁਹਾਨੂੰ